ਪੰਜਾਬ ਤੋਂ ਅਸੀਂ ਪੰਜਾਬ ਤੋਂ ਇੱਕ ਰਿਕੁਐਸਟ ਲੈ ਕੇ ਆਏ ਹਾਂ ਤੁਹਾਡੇ ਲਈ। ਦੇਖੋ ਹਰਿਆਣੇ ਨੇ ਹਮੇਸ਼ਾ ਸਾਨੂੰ ਬਹੁਤ ਮਾਣ ਸਤਿਕਾਰ ਦਿੱਤਾ, ਇੱਥੇ ਸਾਡੇ ਬਹੁਤ ਪ੍ਰੋਗਰਾਮ ਲਵਾਏ ਨੇ ਤੁਸੀਂ, ਸਾਨੂੰ ਵੱਡੀ ਵੱਡੀ ਕਾਰਾਂ ਦੇ ਮਾਲਕ ਬਣਾਇਆ ਤੁਸੀਂ, ਕਿਉਂਕਿ ਕਲਾਕਾਰ ਦਾ ਕੋਈ ਸੂਬਾ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਇਹ ਨਹੀਂ ਕਿਸਾਨ ਦਾ ਕੋਈ ਸੂਬਾ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ। ਜੇ ਕਿਸਾਨ ਦਾ ਕੋਈ ਧਰਮ ਹੈ ਤਾਂ ਪਹਿਲਾ ਧਰਮ ਹੈ ਕਿਸਾਨੀ। ਜੇ ਅੱਜ ਅਸੀਂ ਘਰੋਂ ਨਿਕਲੇ ਹਾਂ ਤਾਂ ਆਪਣੇ ਖੇਤਾਂ ਲਈ ਨਿਕਲੇ ਹਾਂ, ਸਾਨੂੰ ਨੀ ਪਤਾ ਬਾਕੀ ਦੁਨੀਆਂ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਨਕਲਾਬ ਆਊਗਾ ਨਹੀਂ ਆਊਗਾ, ਇਨਕਲਾਬ ਵੀ ਤਾਂ ਹੀ ਆਊਗਾ ਨਾ ਜੇ ਸਾਡੇ ਖੇਤ ਵੱਜਣਗੇ, ਜੇ ਖੇਤਾਂ ਚ ਦਾਣੇ ਹੋਣਗੇ। ਬਾਕੀ ਗੱਲਾਂ ਵੀ ਅਸੀਂ ਤਾਂ ਹੀ ਕਰਾਂਗੇ, ਬਾਕੀ ਮੁੱਦੇ ਵੀ ਤਾਂ ਹੀ ਚੱਕਾਂਗੇ ਜੇ ਸਾਡੇ ਕੋਲ ਸਾਡੇ ਰੁਜ਼ਗਾਰ ਰਹਿਣਗੇ। ਸੋ ਤੁਹਾਨੂੰ ਜਿੱਥੇ ਸਿਆਣੇ ਬੈਠੇ ਹੋਣ ਉੱਥੇ ਨਿਆਣਿਆਂ ਦਾ ਬੋਲਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਮੈਂ ਸਮਝਦਾ, ਕਿਉਂਕਿ ਸੁਣਨਾ ਜ਼ਰੂਰੀ ਹੈ ਸਿਆਣਿਆਂ ਨੂੰ। ਇਹ ਸਿਆਣਿਆਂ ਦੀ ਕਹਾਵਤ ਹੈ, ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਵਾਂਗਾ, ਤੁਸੀਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਹੋ, ਪਰ ਇੱਕ ਗੱਲ ਦਿਲੋਂ ਕੱਢ ਦਿਓ, ਇਹ ਲੜਾਈ ਹੈ ਜਿਹੜੀ ਇੱਕਜੁੱਟ ਹੋ ਕੇ ਆਪਾਂ ਨੂੰ ਲੰਬਿਆ ਹੋ ਕੇ ਲੰਬੀ ਲੜਨੀ ਪੈਣੀ ਹੈ। ਕਿਉਂ? ਕਿਉਂਕਿ ਸਾਨੂੰ ਤਾਂ ਦੇਖੋ ਸਾਨੂੰ ਤਾਂ ਸ਼ੰਭੂ ਦਾ ਬੈਰੀਅਰ ਨਹੀਂ ਟੱਪਣ ਦਿੰਦੇ ਹੈਗੇ, ਗਲੇ ਮੋੜ ਦਿੰਦੇ ਨੇ। ਅਗਲਾ ਮੋਰਚਾ ਜਿਹੜਾ ਸ਼ੰਭੂ ਤੋਂ ਅੱਗੇ ਤੁਸੀਂ ਆਉਣਾ, ਸ਼ੰਭੂ ਤੇ ਤੁਸੀਂ ਪਹੁੰਚਣਾ, ਸਾਨੂੰ ਤੁਸੀਂ ਲੈ ਕੇ ਜਾਣਾ ਦਿੱਲੀ ਤੱਕ, ਸਾਡੀ ਆਵਾਜ਼ ਤੁਸੀਂ ਬਣਨਾ। ਕਿਉਂਕਿ ਅੱਜ ਜਵਾਨੀ ਤਖਤਾ ਪਲਟ ਨੂੰ ਤਿਆਰ ਬੈਠੀ ਹੈ, ਚਾਹੇ ਜਿਹੜੀ ਮਰਜ਼ੀ ਸਰਕਾਰ ਹੈ, ਚਾਹੇ ਉਹ ਦਿੱਲੀ ਦੀ ਹੈ, ਚਾਹੇ ਪੰਜਾਬ ਦੀ ਹੈ, ਚਾਹੇ ਹਰਿਆਣੇ ਦੀ ਹੈ। ਇਹਨਾਂ ਲੀਡਰਾਂ ਦੇ ਦਿਲ ਚ ਜੇ ਅੱਜ ਇੰਨਾ ਪਿਆਰ ਹੈ ਕਿਸਾਨਾਂ ਲਈ, ਰਾਹੁਲ ਜੀ ਹਰਿਆਣੇ ਦਾ ਦੌਰਾ, ਪੰਜਾਬ ਦਾ ਦੌਰਾ, ਅਸੀਂ ਦਿੱਲੀ ਜਾ ਰਹੇ ਹਾਂ, ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਉਹ ਰਾਜਨੀਤੀ ਕਰਨ ਪੰਜਾਬ ਜਾ ਰਹੇ ਨੇ, ਅੱਜ ਕਹਿੰਦੇ ਹਰਿਆਣੇ ਜਾ ਰਹੇ ਨੇ। ਜੇ ਤੁਸੀਂ ਕੋਈ ਧਰਨਾ ਲਾਉਣਾ, ਤੁਸੀਂ ਉਹਨਾਂ ਦੇ ਦਰ ਮੂਹਰੇ ਜਾ ਕੇ ਅਸੈਂਬਲੀ ਮੂਹਰੇ ਜਾ ਕੇ ਗੱਲ ਹੋਣਾ ਵੀ ਤੁਸੀਂ ਕਿਸਾਨਾਂ ਨਾਲ ਮਾੜਾ ਕਰ ਰਹੇ ਹੋ, ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਇਹ ਚੀਜ਼ਾਂ ਕਰਨ ਦਾ, ਇਹ ਰਾਜਨੀਤੀ ਹੈ ਬਾਈ ਜੀ। ਦੇਖੋ ਚੌਧਰੀ ਦੇਵੀ ਲਾਲ ਕਿੱਥੋਂ ਉਪਜੋਗੀ ਉਸ ਪਾਰਟੀ ਦੀ, ਹਰੀ ਕ੍ਰਾਂਤੀ ਤੋਂ, ਹਰਿਆਣੇ ਦੇ ਸਾਰੇ ਲੋਕ ਉਹਨਾਂ ਨੂੰ ਡਾਕਟਰਾਂ ਤੋਂ ਪੁੱਛਦੇ ਆ, ਜਿਹੜਾ ਕਿਸਾਨ ਜਿਹਦੇ ਪਿੱਛੇ ਕਿਸਾਨ ਲੱਗਦਾ, ਉਹਨਾਂ ਨੂੰ ਲੱਗਦਾ ਕਿ ਚੌਧਰੀ ਜਿਹੜਾ ਦੇਵੀ ਲਾਲ ਹੈ ਉਹ ਕਿਸਾਨਾਂ ਦਾ ਦੇਵਤਾ, ਉਹਨੇ ਕਿਸਾਨਾਂ ਦੀ ਗੱਲ ਕਰੀ ਹੈ। ਅੱਜ ਉਹਨਾਂ ਦੇ ਵਾਰਸ ਸੱਤਾ ਦੇ ਵਿੱਚ ਨੇ। ਇੱਕ ਗੱਲ ਮੈਂ ਇੱਥੇ ਹੋਰ ਕਹਿ ਦੇਣਾ ਚਾਹੁੰਦਾ, ਤੁਹਾਡੇ ਰਾਜ ਦੇ ਮੁੱਖ ਮੰਤਰੀ ਖੱਟੜ ਸਾਹਿਬ, ਜਿਹਨਾਂ ਨੂੰ ਤੁਸੀਂ ਖੱਟੜ ਕਹਿੰਦੇ ਹੋ, ਚਲੋ ਬਾਕੀ ਕਿਸੇ ਦੀ ਗੱਲ ਮੋਦੀ ਜੀ ਨਹੀਂ ਸੁਣਦੇ, ਨਹੀਂ ਸੁਣਦੇ, ਸੁਣ ਲਓ ਹਾਂ, ਚਲੋ ਤੁਸੀਂ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਤੇ ਜਿਹੜਾ ਬਣਦਾ ਵੀ ਹੈ ਵਧੀਆ ਗੱਲ ਹੈ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਾਣ ਸਤਿਕਾਰ ਪੂਰਾ ਠੋਕ ਕੇ ਰੱਖਿਓ। ਦੇਖੋ ਆਹ ਗੱਲ ਹੁਣ ਸਮਝ ਲਓ ਮੇਰੀ ਇੱਕ ਗੱਲ ਧਿਆਨ ਨਾਲ, ਖੱਟੜ ਸਾਹਿਬ ਤਾਂ ਉੱਥੇ ਜਾ ਕੇ ਮੋਦੀ ਸਾਹਿਬ ਨੂੰ ਕਹਿ ਸਕਦੇ ਨੇ ਕਿਸਾਨਾਂ ਦੀ ਗੱਲ ਹੈ, ਕਿਉਂਕਿ ਇਹ ਤਾਂ ਇੱਕ ਸਕੂਲ ਚ ਪੜ੍ਹੇ ਨੇ, ਤੁਹਾਨੂੰ ਪਤਾ ਉਹ ਸਕੂਲ ਕਿਹੜਾ, ਇੱਕ ਦੂਜੇ ਦੇ ਜਮਾਤੀ ਨੇ ਦੋਵੇਂ ਜਣੇ, ਤੁਹਾਨੂੰ ਪਤਾ ਉਹ ਸਕੂਲ ਕਿਹੜਾ। ਉਹ ਤੋਂ ਬਾਅਦ ਚਟਾਲਾ ਸਾਹਿਬ, ਤੁਸੀਂ ਕਿਸਾਨਾਂ ਦੇ ਨਾਂ ਤੇ ਪਾਰਟੀ ਬਣਾਈ, ਤੁਸੀਂ ਸਾਰਾ ਕੁਛ ਕੀਤਾ, ਅੱਜ ਤੁਸੀਂ ਕਹਿ ਰਹੇ ਹੋ ਜੀ ਵੀ ਜੇ MSP 31 ਰੂਪ ਚ ਲਾਗੂ ਨਾ ਕੀਤੀ ਗਈ ਮੈਂ ਅਸਤੀਫਾ ਦੇ ਦੂੰਗਾ। MSP ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ, ਮੁੱਦਾ ਇਹ ਹੈ ਵੀ ਜਿਹੜਾ ਬੰਦਾ MSP ਤੋਂ ਥੱਲੇ ਫਸਲ ਚੱਕੂਗਾ ਉਹਦੇ ਤੇ ਪਰਚਾ ਦੋ ਪਰਚਾ। MSP ਦਾ ਬਾਕੀ 29 ਫਸਲਾਂ ਤੇ ਲਾਗੂ ਹੈ, ਕੀ ਕਰ ਲੈਣੇ ਮੱਕੀ ਤੇ MSP ਮਿਲਦਾ, MSP ਕੀ ਮਿਲਦਾ ਸਾਨੂੰ, ਕੁਛ ਨੀ ਮਿਲਦਾ। ਇਹ ਬਿੱਲ ਵੀ ਪਾਸ ਕਿਵੇਂ ਹੋਏ ਨੇ ਬਿੱਲਾਂ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ, ਤੁਹਾਡੇ ਕੋਲ ਮੋਬਾਈਲ ਨੇ, ਕਿਵੇਂ ਇਹਨਾਂ ਨੇ ਇੱਕ ਦੂਜੇ ਚ ਘੁੰਡੀਆਂ ਫਸਾਈਆਂ ਨੇ। ਆੜਤੀ ਇਹਨਾਂ ਦੀ, ਜਿਹੜਾ ਆੜਤੀ ਆ ਉਹ ਇੱਕ ਸਾਡੇ ਪਰਿਵਾਰ ਦਾ ਮੈਂਬਰ ਹੈ, ਉਹਨੂੰ ਵਿਆਜ ਦਾ ਲਾਲਚ ਹੈ, ਸਾਨੂੰ ਐ ਵੀ ਜਦੋਂ ਅਸੀਂ ਝੋਲਾ ਚੱਕ ਕੇ ਆੜਤੀ ਕੋਲ ਜਾਂਦੇ ਹਾਂ ਸਾਨੂੰ ਖਾਲੀ ਨਹੀਂ ਮੋੜਦਾ, ਸਾਡੀ ਕੁੜੀ ਦਾ ਵਿਆਹ ਤਾਂ ਆੜਤੀ ਕੋਲ, ਟਰੈਕਟਰ ਲੈਣਾ ਤਾਂ ਆੜਤੀ ਕੋਲ, ਜਦੋਂ ਤੁਸੀਂ ਉਹ ਵਿੱਚੋਂ ਮੰਡੀ ਚੱਕਤੀ ਤਾਂ ਸਾਡੇ ਪਿੱਛੇ ਕੀ ਰਹਿ ਜੂਗਾ, ਕੋਈ ਵੀ ਬੰਦਾ ਆਊਗਾ। ਦੇਖੋ ਬਿੱਲ ਕਿਸਾ ਪਾਸ ਕੀਤਾ, ਇੱਕ ਪੈਨ ਕਾਰਡ ਬਣਾਓ ਮੰਡੀ ਦੇ ਬਾਹਰ, ਉਪਰ ਮੰਡੀ ਕੋਈ ਵੀ ਬੰਦਾ ਆਵੇ, UP ਤੋਂ ਆਵੇ, ਮਹਾਰਾਸ਼ਟਰ ਤੋਂ ਆਵੇ, ਇੱਕ ਪੈਨ ਕਾਰਡ ਤੇ ਸਾਡੀ ਫਸਲ ਲੈ ਕੇ ਜਾਂਦਾ ਰਹੇ ਤੇ ਅਸੀਂ ਉਹਦੇ ਪਿੱਛੋਂ ਲੱਭੀ ਜਾਈਏ ਵੀ ਕਿੱਥੇ ਗਿਆ ਕਿੱਥੇ ਗਿਆ। ਪਹਿਲਾ ਨਾਕਾਮ ਬਿੱਲ, ਦੂਜਾ ਕੰਟਰੈਕਟ ਫਾਰਮਿੰਗ। ਆਖੇ ਜੀ ਇੱਕ ਮੇਰੀ ਨਾ ਕਿਸੇ ਵੱਡੇ ਆਗੂ ਨਾਲ ਗੱਲ ਹੋਈ, ਇਹਨਾਂ ਦੀ ਪਾਰਟੀ ਲਈ ਸੀਗਾ BJP ਦਾ, ਮੈਂ ਕਿਹਾ ਤੁਸੀਂ ਇਹਨਾਂ ਬਿੱਲਾਂ ਦੇ ਵਿੱਚ, ਚਲੋ ਬਿੱਲ ਤਾਂ ਮਾਰੂ ਹੈਗੇ ਨੇ, ਤੁਸੀਂ ਦੱਸੋ ਕੋਰਟ ਕਿਉਂ ਨੀ ਰੱਖਿਆ, ਤੁਸੀਂ ਕੋਰਟ ਕਿਉਂ ਨੀ ਰੱਖਿਆ ਵੀ ਕਿਸਾਨ ਆਪਣੇ ਹੱਕ ਲਈ ਕੋਰਟ ਚ ਜਾਵੇ। ਤੁਸੀਂ SDM ਲੈਵਲ ਤੱਕ ਕਿਉਂ ਗੱਲ ਸੀਮਿਤ ਕਰਤੀ ਹੋ, ਮੈਨੂੰ ਪਤਾ ਕੀ ਕਹਿੰਦਾ,
भाई साहब किसान कहां पर कोर्ट में लड़ेंगे, किसान के पास तो इतना टाइम नहीं है, इतना पैसा नहीं है कि किसान कोर्ट में जाए। मैं गल सुन लो, उठे इन्हों ने स्टॉप करता, मैं गल सुन लो, जिन्ने वकील जिन्ने जज जी इन्हों के घर चलते ने ना साडिया केसा के सिर तो चलते ने, जे अगे स्कूल के राज कर देने ना उन्होंने एडिया लीडरिया ले लिया बड़े जागू बन गए साडे केस चलते ना थोड़े नहीं चलते। पंजाब हरियाणा हाई कोर्ट च पुछ के देख लो पिंड वालों के 80% केस ने सीधे तौर पर थोड़ी अख मैली है ताकि हाई कोर्ट इनवॉल्व नहीं किया। देखो एस टी एम कि मसला हल करूंगा, दसो तुम दसो अज तक अडानी अबानी जो रे हो गए कोई एस डी एम की पावर है, एस डी एम तो एमएलए उन्होंने हक चकता, उन्होंने कितों चक लूगा। नाले भाई जी ये जो प्रशासन है बंदे भी अपने लेके आने कोर्ट का लाजमी होना बिच क्यों सी, क्योंकि जिमीदार बट पिछे अपने भरा ने गोली मार दिता, इस कोई शक नहीं जो हां चक लेंगे, देखो चकन तैयार बैठे हाँ, कोई शक नहीं चक ही लिया, जो लास्ट चार पार की लड़ाई लड़नी पैगी फिर लड़ांगे। धरने दिने मैं पंजाब तो भी कहा मोदी जी बेनती है बेनती, पर जे बेनती स्वीकार ना हो फिर ट्रैक्टर लेके आवाने दिल्ली ट्रैक्टर आज झंडे चक्की फिरते हैं तो डंडे ने डंडे अच नौजवानी होने भी साढ़े बुजुर्ग डांडा खा के मुड़ जाएंगे डांडा नाल लेके आओगे। एक नारा दे दो, एक नारा दे दो, मैं कहूंगा एक नारा दे दो, थोड़ी सारा सिस्टम क्लियर हो जाना। मैं कहूंगा दिल्ली है तेरे कम निकमे, तुसी कहना फिर कहेंगी बाकी जमे, दिल्ली है तेरे कम निकमे, दिल्ली है तेरे कम निकमे। ये जिहड़ी आवाज है ये आवाज दिल्ली का तख्ता पलटू थोड़े इन्हां धरनिया ने रंग लै आंदा, उन्होंने बुला लिया सानू उठे कहने जी मीटिंग करांगे, दसो किहड़ियां मंगां ने, असी कहा भी मीटिंग च कोई सोध नहीं होगी बिलां च, असी बाईकाट करांगे इन्हां बिलां दी, पंजाब ते हरियाणे नूं मोड़ ही नहीं। अच्छा एक थोड़ी मैं थोड़ा दो मिनट का सवाल लाऊंगा, एक गल जरूर समझ लियो, जिहड़ियां पार्टियां ने ना जी इन्हां दीआं कोई फैक्टरियां नहीं, इन्हां नूं फंड कौन करदा थोनूं पता ही ना, लैके दसो एक बारी कौन इन्हां नूं फंड करदा, अंबानी अडानी टाटे बिरले जिहनूं तुसीं कह रहे हो योग गुरु थोड़ा बाबा उह वी विच्ची आ राम देव सब सब रले मिले सब फिक्स मैच है। अच्छा ये की करते ने गल सुन लो, गल सुन लो बहुत मेहरबानी, ये की करते ने जदों सरकार बनती है डील कर लेंगे ने भी इस बार सरकार आई थोनू पता इलेक्शन से 20,000 करोड़ रुपया बचे बचे नू पता मीडिया नू अंबानिया ने दिता कि प्रचार करो प्रचार करो प्रचार करो हर घर मोदी हर हर मोदी करो करवाता ठीक है। हुण मोदी जी ने तो फिर मन मोड़ नहीं सी ना, मोदी जी ने कहा अरे भाई साहब हमारी सरकार आने दो तुम्हें पंजाब दे देंगे, पंजाब के खेत दे देंगे, हरियाणा दे देंगे, हरियाणा के खेत दे रहे तुसी साले लगते हो साडिया खेतों के तुसी ढेके लगते हो, साडे बजुर्गों दी ढूंगियां रह गईआं, बलदां तों काम शुरू होया सी बलदां तों, अज कल्ले कल्ले घर च जॉन डीयर है, अज कल्ले कल्ले घर च ट्रैक्टर है, कित्थों शुरू होया साडे बजुर्गों ने मेहनत की है, तुसी सानू खेत जदों तां हरी क्रांति दे नां ते थोनू पंजाब ते हरियाणे दी लोड़ सी, तुसी तरले कढ़दे सी साडे तरले, जदों अमेरिका तों थोनू माड़े किस्म दा अनाज आउंदा सी ओह वी महंगे रेट ते, उदों तुसी तरले कढ़दे सी, अनाज जी अनाज बीजो अनाज देश दा ढिड भरो, अज थोड़िया लोड़ां पूरियां हो गईआं हरी क्रांति दे नां ते तुसी साडे पिंड ते छुरा मारता, ते अज तुसी कह रहे हो असी जी थोनू प्राइवेट करन खेती करनी सिखावांगे, क्यों असी भुल्ले हैं साढ़े का 4 साल का जवान ट्रैक्टर से कर लेना तुम सिखाओगे सिखाओगे सू खेती करनी असं थोड़ू नवा कर देवे प्राइवेट कर देवे क्यों दोगे जी। अच्छा सुन लो हूं मैं गलते आना पिछे जो कोरोना होया यह तो धरने ने हाले शुरुआत हुई है लड़ाई बहुत लंबी जानी है आप पिछे नहीं हटना, मैंने बहुत वीर कहने के विचार चर्चा आती है भी फसल आ गई इन्हें हम फसल आ गई सामने बिजी हो जाना आपके आपके काम च पर नहीं एक बार फसल आ गई असं वारियां बन लेंगे मते पा लेंगे पिंडा च चार पिंड जाएंगे पांच पिंड जाएंगे किन्ने दिन की गल है टैक्नीकल ट्रैक्टर ने सारे तो 20 दिन च मुक जूगा ना कम 20 दिन तो बाद फिर मैदान च आवेंगे ये ना सोचो भी इतने ही अंदर पढ़ के भी मीटिंगा करके अगे पार हो गया अच नौजवान आए ने नौजवान तख्ता पलटन लिए आए ने बिल्कुल
एक नारा दे दो मैनू थोड़ा जोश आ जाता। पंजाब हरियाणा एकता, पंजाब हरियाणा एकता। मैं शंभू बॉर्डर से भी किया, चलो ठीक है सरकार ने साडे विचार मत भेद बहुत बनाते, पर है तो चाचे ताए दे पुत्त ना, ऐ नहीं हुंदा नौहां नालों मास कदे वख नहीं हुंदा, जिन्ना मर्जी जोर ला के देख लो। हुण की होया मुद्दा है, करोना होया पिछे जे पूरी दुनिया का हिंदुस्तान की गल करना मैं, धुआं निकल गया धुआं, अनाज इन्होंने पंजाब ते हरियाणे तो ना एक लख टन ना दो लख टन, मेहनत करके 40 लख टन लिया भी सानू सानू रोटी नहीं मिलती, ब्रेड खा खा के अक गए, कणक भेजो कणक। जे 6 महीने ना बीजिए ना, जे 6 महीने ना बीजिए नक ना लीकां निकल जाणगियां नहीं है, मेहनत करनगे। बस गल यह है थोड़े संघर्ष ने ऐडा जवानी ने जोर फड़िया होया, बस पिछे ना हटो। मैं यही बेनती करना है हथ बन के साडे ते पर्चे पा दो, किनिया जेलों च किनिया भर देंगे यार, किनिया नूं बिठा लेंगे जेलों च, कहिया जेलों इनकलाब नूं कोई जेल नहीं डक सकदी। पर वीरे अज तुहानूं किनिया मर्जी सियासी पार्टियां उरे आके कही जाण असीं तुहाडा हल करावांगे, असीं तुहाडा हल करावांगे, किसी के पिछे ना लगे, उन्होंने तुसी कहो जे तुसी साडा हल कराओगे तो किसान यूनियन के झंडे थले आके कराओ, अपनी पार्टी का झंडा ना लेके आओ साडी स्टेज ते। जे कोई लीडर बोलता है, हाँ जे कोई लीडर आके कहता भी मेरी पार्टी है मैं हल कराऊंगा, फड़के थले ला लिया जो भी पासे हो जाए, तेरे को वधिया साडे नौजवान बोल लेंगे। ये राजनीति का टाइम नहीं, ये राजनीति का टाइम नहीं, यह रणनीति का टाइम है, यह रणनीति का टाइम है जी, आप बनानी पैनी है, खेत भी अपने हैं, खेत भी अपने ने, इन्हों ने सियासत करनी है होर कुछ नहीं करना। सो डटे रहो जी, शांति मेरा भरा शांत भैया डटे रहो, पिछे ना हटो। कहने भी मंडिया मंडी के बाहर ओपन मंडी, एक गल मैं होर दस दिना, साडे बहुत मजदूर भरा आए हो गए जिन्हों को बिना साडी खेती है जिहड़ी अधूरी है। मैनू एक सवाल आया पिछे जे, मैनू एक जथेबंदी मिली मजदूर जथेबंदी, वह कहते भी बाई जी सानू तो यह है भी मंडी के बाहर ओपन मंडी भी वह आवे प्राइवेट करना आऊगा, सानू दिहाड़ी वध देणगे, तुसीं हुण असीं क्यों करने आ जाणा। मैं कहा भी एक गल सुन लो, जिहड़े सैलो इन्होंने लाने ने ना 5-5 हज़ार एकड़ के, उत्थे जॉन डीयर दीआं वड्डीआं कंपनीआं आउणीआं ने जिन्होंने ऐसे ट्रैक्टर बनाने ने ना जी, 5 हज़ार किला अज सवेरे 10 बजे शुरू किया, रात के 9 बजे तक ट्रैक्टर बाह के मुड़ के आके मशीन ने ग्राहक चला देना। जिहड़ी ओपन मंडी बनाओगे उत्थे ऐसा मशीनीकरण ऐसा ढांचा समझणगे, उत्थे तुहानू मजदूरी नहीं मिलती। जे मजदूरी जे किसान है तां उह मजदूर करके है, जे मजदूर है तां उह किसान करके है, इह साडा इक नौ मास दा रिश्ता है, टुट नहीं सकदा। साडे दुख सुख च आड़तीआं खड़दा, सानू पैसे चाहीदे हुंदे ने तां आड़तीआं दिंदा, मजदूर नूं जे कोई पैसा चाहीदा तां उहदे दुख सुख असीं खड़दे आं। साडा इक रिश्ता बणिआ होइआ, यह रिश्ता एक ऐसा रिश्ता साडा एक दूजे बिना सरना नहीं है कदे भी। जे कोई कहूंगा जी मैनू तो ऐ देणगे वह देणगे, यकीन ना करो। मैं बार बार देखो मैनू मैं कोई बुलारा नहीं है, साडी ड्यूटी यह लगी सी भी नौजवानी कलाकारा बहुत बदनाम किया जाता है भी यह तो जी नौजवानों बिगाड़ते ने, यह तो जी चकमे गाने गाते ने, यह तो जी ऐ कहें हथियार चक लो। पर अज असी बाहर आए हाँ, साडे भरावां ने एके का सबूत देता, एक साडी आवाज से कले कले धरने से कले कले अंदोलन से 5-5 हज़ार भरा साडे पहुंचते ने, यह थोड़े लिए शलाघा योग गल है। भगत सिंह का झंडा अज वीर नहीं बैठा, क्यों नहीं बैठा, वो दिल च पुछो की मंशा होगी, वह रोल मॉडल बनता होगा भगत सिंह। बीजेपी के लीडर जो अपने आ देखो आ रोस है, भाई कहना भी एक गल बोल दे आप नहीं खड़ा उन्होंने, कहने जे बीजेपी का कोई लीडर साडे नाल नहीं खड़ता ना दबलांगे ऐ जिवें खेत चों गां कढ़ी दी हुंदी है। वो टाइम आ गया, पर फिर भी पंजाब है हरियाणा है इत्थे किसानी नाल जुड़े सारे, साडा 80% का किता खेती नाल जुड़िया, होर साडे कोल कहड़ा कोई नौकरियां ने। मोदी जी ने कहा आखे जी 2 करोड़ नौकरियां दूंगा एक साल च, किसी को मिली है जी तुम्हें नौकरी, कोई हैगा थोड़ा मुंडा जिहड़ा 2.5 लाके जांदा होवे, इसका भाई जी फोड़ ती चढ़ना साडे कोल नहीं नौकरी होई जाणी, इह साडे साडे तो फोड़ भी खोड़ नूं फिरदे ने। साडियां देखो खेतां नाल कोई साडी इह नहीं हैगा भी खेतां नाल साडा कल्ला खाण पीण दा साधन जुड़िया, साडा इतिहास जुड़िया यार खेतां नाल, साडा बचपन जुड़िया खेतां नाल, साडे बजुर्ग ने असीं उहनां मोटरां ते नहाए आ, उत्थे जमणा लगी आ, कोई उत्तों भी टाणे तो गिरिया,
ਕਰੋੜਾਂ ਬਚਿਆ ਕਿਸੇ ਨੇ ਉੱਥੇ ਪੀਂਘ ਝੁੱਟੀ ਹੈ। ਅਸੀਂ ਇੱਕ ਸਾਡਾ ਇਤਿਹਾਸ ਹੈ, ਅਸੀਂ ਕਿਵੇਂ ਛੱਡ ਦਈਏ? ਸਾਡੀ ਹੋਂਦ ਹੈ। ਤੁਸੀਂ ਕਹਿੰਦੇ ਅਸੀਂ ਤੁਹਾਨੂੰ ਦੱਸਾਂਗੇ, ਫਿਰ ਮੈਂ ਗੱਲ ਫਿਰ ਉਹੀ ਕਹਿੰਦਾ, ਤੁਸੀਂ ਢੇਕੇ ਲੱਗਦੇ ਹੋ ਸਾਡੇ। ਕਿਉਂ ਤੁਸੀਂ ਦੱਸੋਗੇ ਵੀ ਸਾਨੂੰ, ਸਾਡੇ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ, ਕੀ ਕਰਨਾ ਹੁੰਦਾ? ਅੱਛਾ ਦੋ ਤਿੰਨ ਮੈਂ ਫੈਕਟ ਦੱਸ ਦਿੰਦਾ ਜਿਹੜੇ ਅੱਗੇ ਜਾ ਕੇ ਆਪਣੇ ਕੰਮ ਆਉਣੇ ਨੇ। ਇੱਕ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਰਿਲਾਇੰਸ ਦਾ ਪੱਕਾ ਬਾਈਕਾਟ ਕਰ ਦਿਓ, ਪੱਕਾ ਬਾਈਕਾਟ। ਪੰਜ ਸੱਤ ਸਾਲ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਇਹਨਾਂ ਦੇ ਸਿਮ ਸੁਮ ਨੇ ਨਾ, ਜਿਹੜੇ ਤੋੜ ਕੇ ਮਾਰੋ ਪਰੇ ਚਲਾ ਕੇ। ਅੱਛਾ ਜਿਹੜੇ ਵੀਰ ਧਰਨੇ ਚ ਨਹੀਂ ਆ ਸਕਦੇ ਉਹਨਾਂ ਦੀ ਮਜਬੂਰੀ ਹੈ, ਚਲੋ ਪਰ ਆਓ। ਮੈਂ ਤਾਂ ਇਹ ਕਹਿੰਦਾ, ਪਰ ਜੇ ਨਹੀਂ ਆ ਸਕਦੇ ਤਾਂ ਇੱਕ ਕੰਮ ਕਰੋ। ਇਹ ਨਹੀਂ ਹੈਗਾ ਵੀ ਜੇ ਅਸੀਂ ਰਿਲਾਇੰਸ ਦਾ ਪੰਪ ਬੰਦ ਕਰਾਂਗੇ ਤੁਸੀਂ ਤਾਂ ਹੀ ਨਹੀਂ ਲੱਗਣਾ। ਤੁਸੀਂ ਆਪਣੇ ਤੌਰ ਤੇ ਰਿਲਾਇੰਸ ਦੇ ਪੰਪ ਤੋਂ ਤੇਲ ਨਾ ਪਾਓ, ਰਿਲਾਇੰਸ ਤੇ ਕਿਸੇ ਮਾਲ ਚ ਨਾ ਜਾਓ, ਰਿਲਾਇੰਸ ਦਾ ਡਾਟਾ ਯੂਜ਼ ਨਾ ਕਰੋ। ਕਿਉਂ? ਕਿਉਂਕਿ ਜਿਹੜਾ ਵਪਾਰੀ ਹੈ, ਜਿਹੜਾ ਬਿਜ਼ਨਸਮੈਨ ਹੈ, ਉਹਨੇ ਬਿਜ਼ਨਸ ਕਰਨਾ, ਉਹਨੂੰ ਪ੍ਰੋਫਿਟ ਚਾਹੀਦਾ। ਜਦੋਂ ਉੱਥੇ ਹਲਚਲ ਹੋਊਗੀ, ਉਹ ਸੋਚਣਗੇ ਵੀ ਯਾਰ ਅਗਲਾ ਨਵਾਂ ਕੀਤਾ ਤਾਂ ਉੱਥੇ ਕੀ ਕਰਾਂਗੇ, ਸਾਡਾ ਤਾਂ ਜਿਹੜਾ ਪਹਿਲਾਂ ਚੱਲਦਾ ਸੀ ਪੰਜਾਬੀਆਂ ਨੇ ਉਹ ਰਿਜੈਕਟ ਕਰਤਾ, ਹਰਿਆਣੇ ਵਾਲਿਆਂ ਨੇ ਉਹ ਰਿਜੈਕਟ ਕਰਤਾ। ਆਪਣੇ ਵੀ ਨੀ ਹੈਗੇ। ਮੈਂ ਹਰ ਸੀਜ਼ਨ ਚ ਮੈਂ ਕਹਿੰਦਾ ਵੀ ਇੱਥੇ ਤੁਸੀਂ ਮਾਣ ਬਖਸ਼ਦੇ ਹੋ, ਸਾਰੇ ਲੋਕ ਮੈਨੂੰ ਜਾਣਦੇ ਹੋ, ਕਿੰਨੇ ਪ੍ਰੋਗਰਾਮ ਲਾ ਕੇ ਜਾਂਦਾ, ਜਿੰਨਾ ਪਿਆਰ ਮੈਨੂੰ ਪੰਜਾਬ ਚ ਮਿਲਦਾ, ਮੈਨੂੰ ਇਹ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਹੁੰਦੀ। ਉਸ ਤੋਂ ਬਾਅਦ ਮੈਨੂੰ ਹਰਿਆਣੇ ਵਾਲੇ ਕਰਦੇ ਨੇ, ਹਰਿਆਣੇ ਵਾਲੇ ਮੈਨੂੰ ਬਹੁਤ ਵੀਰਾਂ ਨੇ ਕਿਹਾ ਬਾਈ ਆਪਣੇ ਪੰਜਾਬ ਚ ਅੰਦੋਲਨ ਚੱਲਦਾ, ਆਪਾਂ ਇੱਥੇ ਹੀ ਸਰਕਾਰ ਮਰੀਏ। ਮੈਂ ਕਿਹਾ ਨਹੀਂ, ਜੇ ਆਪਾਂ ਪਹਿਲ ਨਾ ਕੀਤੀ ਨਾ, ਇਹ ਕੋਈ ਪੰਜਾਬ ਦਾ ਅੰਦੋਲਨ ਨਹੀਂ, ਇਹ ਕੋਈ ਹਰਿਆਣੇ ਦਾ ਅੰਦੋਲਨ ਨਹੀਂ, ਇਹ ਕਿਸਾਨ ਦਾ ਅੰਦੋਲਨ ਹੈ। ਕਲਾਕਾਰ ਵੀ ਤਾਂ ਹੀ ਹੈ ਜੇ ਕਿਸਾਨ ਹੈ, ਇਹ ਦੁਨੀਆ ਦੀ ਹੋਂਦ ਵੀ ਤਾਂ ਹੀ ਹੈ ਜੇ ਕਿਸਾਨ ਹੈ। ਤੁਸੀਂ ਠੀਕ ਹੈ ਟੈਕਨੋਲੋਜੀ ਨਾਲ ਖੇਤੀ ਕਰੋ, ਸਾਰਾ ਕੁਝ ਕਰੋ, ਪਰ ਸਾਨੂੰ ਸਾਨੂੰ ਦੱਸੋ ਨਾ, ਸਾਡੇ ਰਿਸਰਚਰ ਬੁਲਾਓ। ਤੁਸੀਂ ਬਿੱਲ ਪਾਸ ਕੀਤਾ, ਕੋਈ ਪੰਜਾਬ ਦੇ ਬੁੱਧੀਜੀਵੀ, ਕੋਈ ਹਰਿਆਣੇ ਦੇ ਬੁੱਧੀਜੀਵੀ ਬੁਲਾਏ, ਕੋਈ ਜਿਹਨਾਂ ਨੇ ਜਿਹਨਾਂ ਤੋਂ ਸਲਾਹ ਲੈ ਲੈਣੀ, ਕਹਿੰਦੇ ਵੀ ਕੰਧ ਸਲਾਹ ਤਾਂ ਕੰਧ ਦੀ ਵੀ ਬੰਦਾ ਲੈ ਲਵੇ ਉਹ ਵੀ ਚੰਗੀ ਹੁੰਦੀ ਹੈ, ਪਰ ਤੁਸੀਂ ਇੱਕ ਵਾਰੀ ਪੁੱਛਣਾ ਵੀ ਸਹੀ ਨਹੀਂ ਸਮਝਿਆ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਤੁਸੀਂ ਦੇਣੀ ਸੀ ਤਾਂ ਤੁਸੀਂ ਡੀਜ਼ਲ ਤੇ ਸਬਸਿਡੀ ਦਿੰਦੇ ਨਾ ਸਾਨੂੰ, ਤੁਸੀਂ ਦੇਣਾ ਸੀ ਤਾਂ ਤੁਸੀਂ ਸੁਸਾਇਟੀਆਂ ਚ ਲਿਆ ਕੇ ਟਰੈਕਟਰ ਖਵਾਉਂਦੇ, ਕਿਉਂਕਿ ਸਾਰੇ ਜ਼ਿਮੀਦਾਰਾਂ ਕੋਲ ਟਰੈਕਟਰ ਨਹੀਂ ਹੈਗੇ। ਇੱਥੇ ਵੀ ਸੁਣੋ ਇੱਕ ਗੱਲ ਮੇਰੀ, ਮੈਂ ਗੁਰੂ ਰੰਧਾਵੇ ਨੂੰ ਕਿਹਾ, ਮੈਂ ਸਰੀ ਦੇਵ ਨੂੰ ਕਿਹਾ, ਮੈਨੂੰ ਬੜੇ ਲੋਕਾਂ ਨੇ ਕਿਹਾ ਤੂੰ ਬਾਈ ਜੀ ਹਮਾਰੇ ਗੁਰੂ ਰੰਧਾਵੇ ਕੋ ਕਿਉਂ ਬੋਲਤਾ ਹੈ। ਮੈਂ ਕਿਹਾ ਪਹਿਲੀ ਤਾਂ ਗੱਲ ਇਹ ਹੈ ਵੀ ਤੁਹਾਡਾ ਨਹੀਂ ਗੁਰੂ ਰੰਧਾਵਾ, ਹਮਾਰਾ ਹੈ, ਪੰਜਾਬ ਕਾ ਹੈ। ਫਿਰ ਦੂਜੀ ਗੱਲ ਇਹ ਹੈ ਵੀ ਕਲਾਕਾਰ ਦਾ ਕੋਈ ਧਰਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਸੂਬਾ ਨਹੀਂ, ਉਹ ਸਭ ਦਾ ਸੰਘ ਹੈ। ਜਦੋਂ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣਦਾ, ਨਾ ਉਹ ਕੋਈ ਦਿਖਾਉਂਦਾ, ਬਾਈ ਨੇ ਕਿਹਾ ਮੋਦੀ ਜੀ ਕੀ ਮਨ ਕੀ ਬਾਤ ਕੱਲੇ ਕੱਲੇ ਚੈਨਲ ਤੇ, ਕੱਲੀ ਕੱਲੀ ਯੂਟਿਊਬ ਤੇ, ਫਿਰ ਇੱਥੇ ਸਾਡੇ ਬਜ਼ੁਰਗਾਂ ਦੇ ਡਾਂਗਾ ਮਾਰਦੇ ਨੇ, ਉੱਥੇ ਪਿੱਪਲੀ ਸਿਰ ਪਾੜਦਾ ਸਾਡੇ ਬਜ਼ੁਰਗ ਦਾ, ਤੁਸੀਂ ਕਿਉਂ ਨਹੀਂ ਦਿਖਾਇਆ? ਇਸ ਲਈ ਮੈਂ ਕਿਹਾ ਸੀ ਗੁਰੂ ਰੰਧਾਵੇ ਨੂੰ ਵੀ ਤੂੰ ਭਰਾਵਾ ਸਾਡਾ ਨੈਸ਼ਨਲ ਮੀਡੀਆ ਬਣ, ਸਰੀ ਦਿਓ ਨੂੰ ਕਿਹਾ ਸੀ ਤੂੰ ਸਾਡਾ ਨੈਸ਼ਨਲ ਮੀਡੀਆ ਬਣ, ਤੂੰ ਮੋਦੀ ਜੀ ਕੋਲ ਜਾ, ਉਹਨਾਂ ਨੂੰ ਕਹਿ ਵੀ ਮੈਂ ਪੰਜਾਬ ਤੋਂ ਆਇਆ, ਪੰਜਾਬ ਦੇ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ, ਉੱਥੇ ਤੁਸੀਂ ਇਹ ਬਿੱਲ ਲਾਗੂ ਨਾ ਕਰੋ। ਇਸੇ ਤਰ੍ਹਾਂ ਮੇਰੀ ਗੱਲ ਸੁਣੋ, ਸਾਨੂੰ ਇੱਕ ਭਰਾ ਤੋਂ ਬਹੁਤ ਆਸ ਹੈ, ਤੁਹਾਡਾ ਹਰਿਆਣੇ ਦਾ ਸਾਡਾ ਬਹੁਤ ਮਾਣ ਹੈ, ਸਾਨੂੰ ਵੀਰ ਤੇ ਰਣਦੀਪ ਹੁੰਦਾ ਹਰਿਆਣੇ ਦਾ, ਉਹ ਬਹੁਤ ਕਰਦਾ ਜਾਤ, ਮੈਂ ਜਾਤ ਆ, ਦੇਖੋ ਜਾਤਾਂ ਬਾਤਾਂ ਚ ਕੁਛ ਨੀ ਰੱਖਿਆ, ਸਾਰੇ ਜੀਵ ਨੇ ਜਿਹੜੇ ਰੱਬ ਦੇ ਬਣਾਏ ਨੇ। ਮੈਂ ਇਸ ਮੰਚ ਤੋਂ ਉਸ ਵੀਰ ਨੂੰ ਬੇਨਤੀ ਕਰਦਾ, ਰਿਕੁਐਸਟ ਕਰਦਾ, ਬਾਦਸ਼ਾਹ ਜਦੋਂ ਕਮਰਸ਼ੀਅਲ ਐਂਗਲ ਹੋਣਾ ਹੁੰਦਾ, ਜਦੋਂ ਗਾਣਿਆਂ ਚ ਗੱਲ ਕਰਨੀ ਹੁੰਦੀ, ਉਦੋਂ ਹਰਿਆਣਾ ਹਰਿਆਣਾ, ਜਦੋਂ ਅੱਜ ਹਰਿਆਣੇ ਨੂੰ ਲੋੜ ਹੈ, ਕਿਉਂ ਨੀ ਕੋਈ ਖੜਦਾ? ਅੱਗੇ ਕੀ ਨੀ ਦਿੱਤਾ ਹਰਿਆਣੇ ਨੇ, ਉਹਨਾਂ ਨੂੰ ਦੱਸੋ। ਉਹ ਨੈਸ਼ਨਲ ਮੀਡੀਆ ਆਵਾਜ਼ ਬਣ, ਉਹ ਆਵਾਜ਼ ਚੱਕਣ, ਕਿਉਂਕਿ ਉਹਨਾਂ ਨੂੰ ਪੂਰੀ ਦੁਨੀਆ ਦੇਖਦੀ ਆ। ਜਦੋਂ ਆਪਣੇ ਮੰਚ ਤੋਂ ਗੱਲ ਕਰਨਗੇ ਤਾਂ ਲੋਕਾਂ ਨੂੰ ਪਤਾ ਲੱਗੂਗਾ ਇੱਕ ਬਦਲਾਅ ਉੱਠਿਆ। ਕਿਉਂ? ਕਿਉਂ? ਮੈਂ ਨਾਂ ਨੀ ਕਿਸੇ ਦਾ ਲੈਣਾ ਸੀ, ਪਰ ਨਾਂ ਮੈਨੂੰ ਤਾਂ ਲੈਣਾ ਪੈ ਗਿਆ ਕਿਉਂਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣਦਾ। ਅੱਜ ਤੱਕ ਇਹ ਸਾਡੀ ਗੱਲ ਨਹੀਂ ਚਲਾਉਂਦੇ, ਨਾ ਜੀ ਨਿਊਜ਼ ਵਾਲੇ ਚਲਾਉਂਦੇ ਨੇ। ਬਾਈ ਜੀ ਦੇਖੋ,
ठीक है, यह कोई पत्रकारी का टाइम नहीं। थोड़े बड़े शंके ने, धुआं क्यों उड़ता है जिथे अग लगती है, वो तो बिना धुआं नहीं उड़ता। अज जो लोड़ है इन्हों चीजों के उत्ते उठ के लोड़ है, अपन उत्ते उठूंगी, आप एकता करिए। जो मीटिंगा हो जथेबंदियां ने होगी ठीक है, मैंबर बन गए, 14 मैंबरी कमेटी बन गई, पर गल यह है उत्थे ऐ नहीं भी कोई बंद कमरे च गया ते बाहर आ गया। तुसी जिन्हों चुन के भेजोगे उही बंदा अंदर जाऊगा, गल उपर च होगी, बाहर नहीं होनी, गल बिठा के गल होगी जी। क्यों? क्योंकि जो जथेबंदियां ऐसा संघर्ष बेच आईया जा आपके पैसे लेके फिर मुड़ना नहीं, उड़े वापस आना नहीं गा, पुठे टंग देने लोग उन्होंने जथेबंदियां। सो अब लोड़ है एक भी है, अब आप गल करिए भी बाई जी बंद कमर च मीटिंग फिक जू, असी इस चीज तो पहला तौर से दिखाऊंगा भी लोगों ने साडे संघर्ष अज जे तुसी ये गल की है तो यह गल पहला हुई है, तुसी तां की है। पर मोर्चा च नौजवानों का साडे बजुर्गों ने लंबे टाइम तो संघर्ष किया, लड़ाई लड़ी है। अज क्यों? क्योंकि परदादियां ने जमीन दादियां नूं दित्तियां, दादियां ने साडे पिओआं नूं दित्तियां, तो पिओआं ने सानूं दे के जाणियां ने। इस करके उन्होंने मोढ़े नाल मोढ़ा लाउण दी लोड़ है, एकता रखियो, चाहे संघर्ष जिन्हें जिते मर्जी तक जाए, मेरी इन्नी हाजिरी प्रवान करो, भुलचो गलती की माफ करना। श्री वाहगुरु जी का खालसा, श्री वाहगुरु जी की फतह। एक नारा ला दो, एक नारा ला दो, पंजाब हरियाणा एकता, पंजाब हरियाणा एकता। एक बार मैं बेनती करना, एक बार बैठे गल सुनो, एक बार फिर खड़े हो पर गल सुनो, कोई इन्होंने गल साझी करनी है, एक गल सुन लो। बाकी मैं अपनी गल यह कहनी चाहना कि साड़ी इंडस्ट्री जिथे तक जिमें भी यह संघर्ष जाऊगा बाई जी, थोड़े पिछे के पिछे बना पिछे खड़ा लियो, बराबर तोड़ना बराबर तोड़ लियो, अगे लाना अगे तोड़ लियो, वलंटियर बना वलंटियर बना लियो, थोड़े नाल चलेंगे, पिछे नहीं हटते। क्यों? क्योंकि यह साडा निजी फर्ज है, साडिया खेतों की लड़ाई है, खेतों में साड़ी होंद जुड़ी है। श्री वाहगुरु जी का खालसा, श्री वाहगुरु जी की फतह।